ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਬੇਸਣ ਦੀ ਪੰਜੀਰੀ ਬਣਾ ਕੇ ਤਿਆਰ ਕਰਾਂਗੇ। ਪੰਜੀਰੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ। ਪੰਜੀਰੀ ਬਣਾਉਣ ਵਾਸਤੇ ਜਿਹੜਾ ਸਮਾਨ ਆਪਾਂ ਲਿਆ ਆ ਉਹ ਮੈਂ ਤੁਹਾਨੂੰ ਗ੍ਰਾਮ ਦੇ ਵਿੱਚ ਦੱਸੂੰਗੀ। ਮੈਂ ਅੱਧਾ ਕਿਲੋ ਬੇਸਣ ਦੇ ਹਿਸਾਬ ਨਾਲ ਪੰਜੀਰੀ ਬਣਾਉਣੀ ਆ। ਜੇ ਤੁਸੀਂ ਜ਼ਿਆਦਾ ਪੰਜੀਰੀ ਬਣਾਉਣੀ ਹੋਵੇ ਤਾਂ ਤੁਸੀਂ ਸਮਾਨ ਫਿਰ ਆਪਣੇ ਹਿਸਾਬ ਦੇ ਨਾਲ ਡਬਲ ਕਰ ਲੈਣਾ ਆ। ਅੱਧਾ ਕਿਲੋ ਬੇਸਣ ਲਿਆ ਆ, ਇਹ ਮੋਟਾ ਬੇਸਣ ਆ। ਜੇ ਮੋਟਾ ਬੇਸਣ ਜਿਹੜਾ ਆ ਜਦੋਂ ਤੁਸੀਂ ਇਹਦਾ ਹੱਥ ਦੇ ਵਿੱਚ ਥੋੜ੍ਹਾ ਜਿਹਾ ਫੜ ਕੇ ਦੇਖੋਗੇ ਅਤੇ ਰੜਕਦਾ ਆ। ਅੱਧਾ ਕਿਲੋ ਬੇਸਣ ਦੇ ਵਿੱਚ 400 ਗ੍ਰਾਮ ਆਪਾਂ ਸ਼ੱਕਰ ਪਾਣੀ ਆ। ਸ਼ੱਕਰ ਦੀ ਜਗ੍ਹਾ 'ਤੇ ਤੁਸੀਂ ਗੁੜ ਵੀ ਲੈ ਸਕਦੇ ਹੋ, ਬੂਰਾ ਖੰਡ ਪਾਣੀ ਚਾਹੋ ਤਾਂ ਬੂਰਾ ਖੰਡ ਵੀ ਪਾ ਸਕਦੇ ਹੋ। ਸ਼ੱਕਰ ਨੂੰ ਛਾਣ ਕੇ ਲੈਣਾ ਆ, ਕੋਈ ਵੀ ਮੋਟੀ ਡਲੀ ਸ਼ੱਕਰ ਦੀ ਵਿੱਚ ਨਹੀਂ ਹੋਣੀ ਚਾਹੀਦੀ। ਆਹ ਦੇਖੋ ਸਾਰੀਆਂ ਡਲੀਆਂ ਜਿਹੜੀਆਂ ਮੈਂ ਬਾਹਰ ਕੱਢ ਦਿੱਤੀਆਂ। 400 ਗ੍ਰਾਮ ਆਪਾਂ ਦੇਸੀ ਘਿਓ ਲਿਆ ਆ, ਘਿਓ 400 ਗ੍ਰਾਮ ਬਹੁਤ ਆ। ਜੇ ਤੁਸੀਂ ਬਰਾਬਰ ਦੀ ਮਾਤਰਾ ਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿੰਨਾ ਬੇਸਣ ਲੈਣਾ ਆ ਉਨਾ ਘਿਓ ਲੈ ਸਕਦੇ ਹੋ। ਇਸ ਤੋਂ ਇਲਾਵਾ 100 ਗ੍ਰਾਮ ਖਸਖਸ ਲਈ ਆ, 20 ਗ੍ਰਾਮ ਲਈ ਆ ਸੁੰਡ, 10 ਗ੍ਰਾਮ ਅਜਵਾਇਣ, 30 ਗ੍ਰਾਮ ਮਗਜ਼ ਲਈ ਆ, ਸੌਗੀ, ਬਦਾਮ, ਕਾਜੂ ਅਤੇ ਅਖਰੋਟ। ਇਹ ਜਿਹੜੀਆਂ ਚੀਜ਼ਾਂ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਘੱਟ ਵੀ ਕਰ ਸਕਦੇ ਹੋ, ਆਪਣੇ ਹਿਸਾਬ ਦੇ ਨਾਲ ਵੱਧ ਵੀ ਕਰ ਸਕਦੇ ਹੋ। ਇਹ ਮੈਂ ਅੰਦਾਜ਼ੇ ਨਾਲ ਹੀ ਲਈਆਂ ਆ। ਡਰਾਈ ਫਰੂਟਸ ਜਿਹੜਾ ਵੀ ਤੁਹਾਡੇ ਕੋਲ ਹੋਵੇ ਤੁਸੀਂ ਉਹ ਪਾ ਕੇ ਪੰਜੀਰੀ ਬਣਾ ਲੈਣੀ ਆ। ਜ਼ਰੂਰੀ ਨਹੀਂ ਆ ਕਿ ਜਿਹੜੇ ਡਰਾਈ ਫਰੂਟਸ ਮੈਂ ਪਾਏ ਆ ਤੁਸੀਂ ਉਹੀ ਪੰਜੀਰੀ ਦੇ ਵਿੱਚ ਪਾਉਣੇ ਆ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਇਹ ਤਾਕਤ ਵੀ ਦਿੰਦੀਆਂ ਆ ਅਤੇ ਸਵਾਦ ਵੀ ਦਿੰਦੀਆਂ ਆ। ਬਾਕੀ ਜਿਹੜਾ ਸਮਾਨ ਆ ਉਹ ਤੁਸੀਂ ਨਾਪ ਕੇ ਲੈ ਲੈਣਾ ਆ। 30 ਗ੍ਰਾਮ ਹੀ ਆਪਾਂ ਗੂੰਦਾ ਲਈਆਂ ਆ ਅਤੇ 2 ਚਮਚੇ ਲਈ ਆ ਕਾਲੀ ਮਿਰਚ ਦਾ ਪਾਊਡਰ। ਕਾਲੀ ਮਿਰਚ ਦਾ ਪਾਊਡਰ ਪਾਉਣ ਦੇ ਨਾਲ ਵਾਏਵਾਦੀ ਨਹੀਂ ਹੁੰਦੀ ਅਤੇ ਜੇ ਬੱਚੇ ਨਾ ਪਸੰਦ ਕਰਦੇ ਹੋ ਤਾਂ ਤੁਸੀਂ ਕਾਲੀ ਮਿਰਚ ਦਾ ਪਾਊਡਰ ਜਿਹੜਾ ਆ ਛੱਡ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਡਰਾਈ ਫਰੂਟਸ ਅਤੇ ਗੂੰਦਾ ਇਹਨਾਂ ਨੂੰ ਆਪਾਂ ਫਰਾਈ ਕਰ ਲੈਣਾ ਆ। 1 ਚਮਚਾ ਘਿਓ ਦਾ ਲਿਆ ਆ, ਘਿਓ ਨੂੰ ਹਲਕਾ ਜਿਹਾ ਗਰਮ ਕਰ ਲਾਂਗੇ। ਘਿਓ ਹੋ ਗਿਆ ਗਰਮ, ਤਿੰਨੇ ਚੀਜ਼ਾਂ ਇਕੱਠੀਆਂ ਹੀ ਪਾ ਦੇਣੀਆਂ। ਦੋ ਤੋਂ 3 ਮਿੰਟ ਤੱਕ ਮੀਡੀਅਮ ਸੇਕ ਦੇ ਉੱਤੇ ਇਹਨਾਂ ਨੂੰ ਆਪਾਂ ਫਰਾਈ ਕਰ ਲੈਣਾ। ਥੋੜ੍ਹਾ ਜਿਹਾ ਇੱਦਾਂ ਘਿਓ ਦੇ ਵਿੱਚ ਫਰਾਈ ਕਰਨ ਦੇ ਨਾਲ ਡਰਾਈ ਫਰੂਟਸ ਇੱਕਦਮ ਕੁਰਕਰੇ ਹੋ ਜਾਂਦੇ ਆ, ਖਾਣ ਦੇ ਵਿੱਚ ਫਿਰ ਸਵਾਦ ਲੱਗਦੇ ਆ। ਡਰਾਈ ਫਰੂਟਸ ਤਿਆਰ ਹੋਣ ਕੇ ਇਹਨਾਂ ਨੂੰ ਆਪਾਂ ਪਲੇਟ 'ਚ ਅਲੱਗ ਕੱਢ ਲੈਣਾ ਹੈ। ਉਸੇ ਘਿਓ ਦੇ ਵਿੱਚ 1 ਵੱਡਾ ਚਮਚਾ ਘਿਓ ਦਾ ਆਪਾਂ ਹੋਰ ਪਾ ਦੇਣਾ। ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ, ਗੁੰਦਾ ਪਾ ਦਾਂਗੇ। ਗੂੰਦਾ ਨੂੰ ਜਦੋਂ ਤੁਸੀਂ ਤਲਣਾ ਆ, ਘਿਓ ਗਰਮ ਹੋਣਾ ਚਾਹੀਦਾ ਆ, ਸੇਕ ਮੀਡੀਅਮ ਰੱਖਣਾ, ਨਾ ਬਹੁਤ ਜ਼ਿਆਦਾ ਤੇਜ਼ ਹੋਵੇ ਨਾ ਬਹੁਤ ਜ਼ਿਆਦਾ ਘੱਟ ਹੋਣਾ ਚਾਹੀਦਾ। ਗੂੰਦਾ ਨੂੰ ਚੰਗੀ ਤਰ੍ਹਾਂ ਸੇਕਣਾ ਆ ਕਿਉਂਕਿ ਇਹ ਬਹੁਤ ਛੇਤੀ ਫੁੱਲ ਜਾਂਦੀਆਂ ਆ। ਜੇ ਅਸੀਂ ਇਹਦਾ ਰੰਗ ਬਦਲਣ ਤੋਂ ਪਹਿਲਾਂ ਹੀ ਇਹਨਾਂ ਨੂੰ ਬਾਹਰ ਕੱਢ ਲਾਂਗੇ ਅੰਦਰੋਂ ਫਿਰ ਇਹ ਕੱਚੀਆਂ ਰਹਿ ਜਾਂਦੀਆਂ ਆ। ਥੋੜ੍ਹਾ ਜਿਹਾ ਰੰਗ ਇਹਨਾਂ ਦਾ ਬਦਲ ਜੂਗਾ ਫਿਰ ਆਪਾਂ ਇਹਨੂੰ ਬਾਹਰ ਕੱਢ ਦਿਓ। ਗੂੰਦਾ ਸੇਕ ਕੇ ਤਿਆਰ ਆ। ਬੇਸਣ ਨੂੰ ਭੁੰਨਣ ਵਾਸਤੇ ਮੈਂ ਕੜਾਹੀ ਲੈ ਲਈ, ਕੜਾਹੀ ਦੇ ਵਿੱਚ ਅਸੀਂ ਘਿਓ ਪਾ ਲੈਣਾ ਹੈ। ਥੋੜ੍ਹਾ ਜਿਹਾ ਆਪਾਂ ਘਿਓ ਰੱਖ ਲੈਣਾ ਹੈ, ਬਾਅਦ ਵਿੱਚ ਇਹਦਾ ਇਸਤੇਮਾਲ ਕਰਾਂਗੇ। ਘਿਓ ਹੋ ਗਿਆ ਗਰਮ, ਬੇਸਣ ਪਾ ਦਾਂਗੇ। ਜਦੋਂ ਵੀ ਬੇਸਣ ਨੂੰ ਤੁਸੀਂ ਭੁੰਨਣਾ ਆ, ਚਾਹੇ ਤੁਸੀਂ ਕੜਾਹ ਬਣਾਓ ਜਾਂ ਪੰਜੀਰੀ ਬਣਾਓ, ਬੇਸਣ ਨੂੰ ਭੁੰਨਣ ਟਾਈਮ ਕਦੀ ਵੀ ਕਾਲੀ ਨਹੀਂ ਕਰਨੀ ਕਿਉਂਕਿ ਬੇਸਣ ਬਹੁਤ ਛੇਤੀ ਭੁੰਨਿਆ ਜਾਂਦਾ ਆ ਪਰ ਅੰਦਰੋਂ ਫਿਰ ਉਹਦਾ ਕੱਚੇਪਣ ਦਾ ਸਵਾਦ ਰਹਿ ਜਾਂਦਾ ਆ। 5 ਤੋਂ 6 ਮਿੰਟ ਹੋ ਗਏ ਆ ਬੇਸਣ ਨੂੰ ਭੁੰਨਦੇ ਹੋਏ। ਬੇਸਣ ਦੇਖੋ ਭੁੰਨਣਾ ਸ਼ੁਰੂ ਕਰਤਾ ਬੇਸਣ ਨੇ। ਬੇਸਣ ਨੂੰ ਜਦੋਂ ਭੁੰਨਣਾ ਆ ਕੜਛੀ ਥੱਲੇ ਤੱਕ ਮਾਰਨੀ ਆ, ਇਹ ਤਾਂ ਬੇਸਣ ਥੱਲੇ ਲੱਗ ਜਾਂਦਾ ਹੈ।
8 9 ਮਿੰਟ ਹੋ ਗਏ ਆ ਬੇਸਣ ਨੂੰ ਭੁੰਨਦੇ ਹੋਏ ਬੇਸਣ ਦਾ ਰੰਗ ਥੋੜਾ ਜਿਹਾ ਅੱਗੇ ਨਾਲੋਂ ਬਦਲ ਗਿਆ ਤੇ ਬੇਸਣ ਵੀ ਦੇਖੋ ਫੁੱਲ ਗਿਆ ਤੇ ਫੁੱਲ ਕੇ ਇੱਕਦਮ ਪਤਲਾ ਪੈ ਗਿਆ ਚੌਦਾਂ ਪੰਦਰਾਂ ਮਿੰਟ ਹੋ ਗਏ ਆ ਬੇਸਣ ਨੂੰ ਭੁੰਨਦੇ ਹੋਏ ਬੇਸਣ ਦਾ ਰੰਗ ਬਦਲ ਗਿਆ ਕਾਫੀ ਜ਼ਿਆਦਾ ਸਿਰਫ 2-3 ਮਿੰਟ ਅਸੀਂ ਇਹਨੂੰ ਹਜੇ ਹੋਰ ਭੁੰਨਣਾ ਆ ਕੈਮਰੇ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਪਿਆ ਪਰ ਇਹ ਕਾਫੀ ਜ਼ਿਆਦਾ ਭੁੰਨ ਚੁੱਕਿਆ ਆ ਹੁਣ ਅਸੀਂ ਇਹਦੇ ਵਿੱਚ ਖਸਖਸ ਪਾ ਦੇਣੀ ਆ ਮਲਾਦਾ ਬੇਸਣ ਤਿਆਰ ਆ ਭੁੰਨ ਕੇ ਬੇਸਣ ਨੂੰ ਭੁੰਨਣ ਲੱਗੇ 18-20 ਮਿੰਟ ਲੱਗ ਗਏ ਹਾਂਜੀ ਰੰਗ ਇਹਦਾ ਇੱਕਦਮ ਲਾਲ ਹੋ ਗਿਆ ਗੈਸ ਹੁਣ ਆਪਾਂ ਬੰਦ ਕਰ ਦੇਣੀ ਆ ਬੇਸਣ ਨੂੰ ਅਸੀਂ ਥੋੜ੍ਹਾ ਜਿਹਾ ਠੰਡਾ ਕਰ ਲੈਣਾ ਆ 1-2 ਮਿੰਟ ਅਸੀਂ ਇਹਨੂੰ ਇੱਦਾਂ ਹਿਲਾਵਾਂਗੇ ਕਿਉਂਕਿ ਕੜਾਹੀ ਬਹੁਤ ਜ਼ਿਆਦਾ ਗਰਮ ਆ ਨਹੀਂ ਤਾਂ ਥੱਲੇ ਵਾਲੇ ਬੇਸਣ ਨੂੰ ਜ਼ਿਆਦਾ ਸੇਕ ਲੱਗ ਜੂਗਾ ਬੇਸਣ ਠੰਡਾ ਹੋਣ ਦੇ ਵਿੱਚ ਵੀ ਬਹੁਤ ਟਾਈਮ ਲੈਂਦਾ ਆ ਜਦੋਂ ਤੱਕ ਬੇਸਣ ਠੰਡਾ ਹੁੰਦਾ ਆ ਉਦੋਂ ਤੱਕ ਆਪਾਂ ਡਰਾਈ ਫਰੂਟਸ ਅਤੇ ਗੁੰਦਾ ਇਹਨਾਂ ਨੂੰ ਅਸੀਂ ਤਿਆਰ ਕਰ ਲੈਣਾ ਆ ਕੁੰਡੀ ਦੇ ਵਿੱਚ ਆਪਾਂ ਪਹਿਲਾਂ ਗੁੰਦਾ ਪਾ ਲੈਣੀ ਆ ਮੈਂ ਇਹ ਸਾਰੀਆਂ ਚੀਜ਼ਾਂ ਕੁੰਡੀ ਦੇ ਵਿੱਚ ਕੁੱਟ ਕੇ ਪਾਉਣੀਆਂ ਕਿਉਂਕਿ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਦਰਦਰਾ ਜਿਹਾ ਕੁੱਟਣਾ ਆ ਤੁਸੀਂ ਮਿਕਸੀ ਦੇ ਵਿੱਚ ਵੀ ਇਹਨਾਂ ਨੂੰ ਘੁਮਾ ਸਕਦੇ ਹੋ ਪਰ ਬਹੁਤ ਜ਼ਿਆਦਾ ਪਾਊਡਰ ਨਹੀਂ ਬਣਾਉਣਾ ਇਹਨਾਂ ਦਾ ਗੁੰਦਾ ਬਰੀਕ ਪੀਸੀਆਂ ਆ ਬਾਕੀ ਡਰਾਈ ਫਰੂਟਸ ਦਰਦਰੇ ਰੱਖੋਗੇ ਗੁੰਦਾ ਪੀਸ ਹੋ ਗਈਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਦਰਦਰਾ ਕੁੱਟ ਲਿਆ ਹੁਣ ਇਹਨਾਂ ਨੂੰ ਅਸੀਂ ਬੇਸਣ 'ਚ ਮਿਲਾ ਲੈਣਾ ਹੈ ਬੇਸਣ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਮਗਜ਼ ਬੇਸਣ ਕਾਫੀ ਜ਼ਿਆਦਾ ਹਜੇ ਗਰਮ ਆ ਇਹਦੇ ਵਿੱਚ ਇਹ ਭੁੰਨ ਹੋ ਜੂਗੇ ਅਜਵਾਇਣ ਅਜਵਾਇਣ ਨੂੰ ਥੋੜ੍ਹਾ ਜਿਹਾ ਦਰਦਰਾ ਜੇ ਤੁਸੀਂ ਕੁੱਟ ਕੇ ਪਾਉਣਾ ਚਾਹੋ ਤਾਂ ਕੁੱਟ ਉੱਦਾਂ ਵੀ ਪਾ ਸਕਦੇ ਹੋ ਸੌਂਡ ਦਾ ਪਾਊਡਰ ਮਿਲਾ ਲਓ ਇਹਨਾਂ ਨੂੰ ਅਸੀਂ ਇੱਦਾਂ ਹੀ ਹਿਲਾ ਲੈਣਾ ਆ ਇਹਨਾਂ ਨੇ ਨਾਲ ਹੀ ਭੁੰਨ ਹੋ ਜਾਣਾ ਹੁਣ ਡਰਾਈ ਫਰੂਟਸ ਪਾ ਦੇਣੇ ਆ ਜਿਹੜੇ ਆਪਾਂ ਪੀਸ ਕੇ ਰੱਖੇ ਸੌਗੀ ਪਾ ਦਾਂਗੇ ਹੁਣ ਆਪਾਂ ਸ਼ੱਕਰ ਪਾ ਦੇਣੀ ਸ਼ੱਕਰ ਪਾਉਣ ਤੋਂ ਪਹਿਲਾਂ ਕਾਲੀ ਮਿਰਚ ਦਾ ਪਾਊਡਰ ਪਾ ਦਾਂਗੇ ਸ਼ੱਕਰ ਪਾ ਦਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਜਿਹੜਾ ਕਿ ਉਹ ਆਪਾਂ ਬਚਾ ਕੇ ਰੱਖਿਆ ਸੀ ਉਹਨੂੰ ਪਿਘਲਾ ਕੇ ਇਹਦੇ ਉੱਪਰ ਪਾ ਦਾਂਗੇ ਮਿਲਾ ਦਾਂ ਪੰਜੀਰੀ ਦੇਖੋ ਬਿਲਕੁਲ ਵੀ ਸੁੱਕੀ ਸੁੱਕੀ ਨਹੀਂ ਲੱਗਦੀ ਘਿਓ ਇੱਕਦਮ ਸਹੀ ਆ 400 ਗ੍ਰਾਮ ਘਿਓ ਦਾ ਆਪਾਂ ਇਸਤੇਮਾਲ ਕੀਤਾ ਆ 400 ਗ੍ਰਾਮ ਅੱਧਾ ਕਿਲੋ ਦੇ ਵਿੱਚ ਬਿਲਕੁਲ ਸਹੀ ਘਿਓ ਆ ਬੇਸਣ ਦੀ ਪੰਜੀਰੀ ਤਿਆਰ ਆ ਬਣ ਕੇ ਪੰਜੀਰੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਪੰਜੀਰੀ ਦਾ ਤੁਸੀਂ ਟੈਕਸਚਰ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਆਇਆ ਤੁਸੀਂ ਇਸ ਪੰਜੀਰੀ ਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਹੋਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ